आरबी स्टेट तो बैक साइड ते जावे मेरे पुराने कृपाना मार मार के मुंह पाड़ता मैंने ओदा गुट मरिया ते गुट तो मेरी डाल गए मेरे पुराने दावतार किता तीन टेलीफोन आए कम वेखला कम वेखन गया मतलब बेसमेंट का उत्थे गड़ गया जो मतलब बंदे खलोते एक ने खड़िया नाल ते पांच जने उत्थे मतलब हथियार लेके खलोते कृपाना लेके उन्हें वढ़ता चुक लेते पंजाब विच कतल दियां वारदातां रुकन दा नाम नहीं लै रहियां। अमृतसर विच फिर एक नौजवान नूं तेजधार हथियारां नाल मौत दे घाट उतार दिता गया। काम दे बहाने इस नौजवान नूं घरों बाहर बुलाया गया ते फिर इस नौजवान दा कतल कर दिता गया ते परिवार वालियां दा रो रो के बुरा हाल है ते परिवार हुण इंसाफ दी गुहार लगा रहा है ते पुलिस अगे जांच दी मंग कीती जा रही है कि आखिर किना वल्लों इस कतल नूं अंजाम दिता गया। मृतक परमजीत सिंह नंगली दा रहण वाला सी। जिस नूं काम लई एक फोन आउंदा है। फोन सुनने तो बाद जदों घरों बाहर निकलता है तो कुछ दूरी पर ही उसनू मौत के घाट उतार दिता जाता है। तेजधार हथियारों नाल उसते वार होंदे ने। परमजीत नू जिस तरह मारिया गया एक बार लाश देख के तो परिवार भी ताहा मार के रोन लग पिया। तुहानू दस दिए परमजीत नू काम की तलाश सी ते इसे लिए उसनू फोन आउंदा काम दे लई ते उसे काम नू देखण दे लई जदों घरों बाहर निकलदा तां फिर उस नू मौत दे घाट उतार दिता जांदा है। ते हुण पिछे परिवार दी गल करिए तां परिवार दा रो रो के बुरा हाल है। ਮੈਨੂੰ ਕਹਿੰਦਾ ਮੈਂ ਕੰਮ ਵੇਖਣ ਜਿਹੜਾ ਮੇਰੇ ਸਾਹਮਣੇ ਫੋਨ ਆਇਆ ਉਹਨਾਂ ਕਾਲ ਕੀਤੀ ਆ ਉਹ ਕਹਿੰਦਾ ਆ ਵੀ ਕਦੋਂ ਆਏਗਾ। ਇਹਨੇ ਕਿਹਾ ਆ ਵੀ ਮੈਂ ਬਸ 50 ਮਿੰਟਾਂ 'ਚ ਆ ਗਿਆ ਆ। ਕਹਿੰਦਾ ਕਿੰਨੇ ਰੁਪਈਏ ਸਕੇਅਰ ਫੁੱਟ ਲੈਂਦੇ ਬੇਸਮੈਂਟ ਪੁੱਟਣੀ ਆ। ਇਹਨਾਂ ਨਹੀਂ ਦੱਸਿਆ ਕਿੱਥੇ ਪੁੱਟਣੀ ਆ। ਉਹਨੂੰ ਧੋਖੇ ਦੇ ਨਾਲ ਕਹਿੰਦੇ ਇੱਥੇ ਆ ਜਾ। ਮੈਨੂੰ ਕਹਿੰਦਾ ਜੱਗੋ ਤੂੰ ਘਰ ਨੂੰ ਚੱਲ। ਮੈਂ ਆਇਆ ਸੀ, ਮੈਂ ਕੰਮ ਲੱਭ ਗਿਆ ਸਵੇਰੇ, ਕੰਮ ਦੀ ਚਾਲ ਨਹੀਂ ਹੈਗੀ। ਮੈਂ ਚੱਲ ਠੀਕ ਆ, ਤੂੰ ਲੱਭਿਆ ਕੋਈ ਨਹੀਂ ਕੰਮ। ਕਹਿੰਦਾ ਮੈਂ 50 ਮਿੰਟਾਂ 'ਚ ਤੇਰੇ ਕੋਲ ਘਰ ਆਇਆ ਸੀ। ਮੇਰੇ ਸਾਹਮਣੇ ਉਹਨੂੰ ਫੋਨ ਆਇਆ, ਉਹਨਾਂ ਨੇ ਕਿਹਾ ਵੀ ਕਹਿੰਦਾ ਇਕੱਲਾ ਆਏਗਾ। ਉਹ ਕਹਿੰਦਾ ਮੈਂ ਇਕੱਲਾ ਆਊਂਗਾ। ਕਹਿੰਦਾ ਮੈਂ ਕੰਮ ਕਰਨ ਵਾਲਾ ਬੰਦਾ, ਮੈਂ ਇਕੱਲਾ ਹੀ ਰਹਿੰਦਾ, ਤੂੰ ਇਕੱਲਾ ਆਊਂ ਨਾਲ ਫੌਜ ਲੈ ਕੇ ਆਉਣੀ ਆ। ਇੰਨੀ ਗੱਲ ਕੀਤੀ ਉਹਨਾਂ ਫੋਨ ਕਰਦਾ। ਮੈਂ ਮੈਨੂੰ ਕੋਈ ਖਰਾਬੀ ਆ ਪੈਂਦੀ ਆ ਤੇ ਜਾਂ ਇਹਨੂੰ ਕੋਈ ਪੈਸਿਆਂ ਦੀ ਲੋੜ ਆ। ਕਹਿੰਦਾ ਇਹਨੂੰ ਪੈਸਿਆਂ ਦੀ ਲੋੜ ਆ। ਮੈਂ ਕਿਹਾ ਬੰਦਾ ਜਾਣ ਪਛਾਣ ਵਾਲਾ ਆ, ਮੈਨੂੰ ਉਦੋਂ ਸ਼ੱਕ ਹੋਇਆ। ਮੈਂ ਕਿਹਾ ਬੰਦਾ ਜਾਣ ਪਛਾਣ ਵਾਲਾ, ਇਹ ਕਹਿੰਦਾ ਉਹ ਜਾਣ ਪਛਾਣ ਵਾਲਾ ਬੰਦਾ ਮੇਰੇ। ਮੈਨੂੰ ਨਹੀਂ ਪਰ ਪਤਾ ਵੀ ਜਾਣ ਪਛਾਣ ਵਾਲਾ ਜਾਂ ਨਹੀਂ ਜਾਣ ਪਛਾਣ ਵਾਲਾ ਜਾਂ ਉਹਦਾ ਕਿਹਾ ਇਹਨੇ। ਮੈਂ ਤਾਂ ਇਹਨੂੰ ਬੜਾ ਸਮਝਾਇਆ ਵੀ ਆਇਆ ਮੇਰੇ ਨਾਲ। ਇਹ ਕਹਿੰਦਾ ਨਹੀਂ, ਮੈਂ ਪੈਸੇ ਦੇ ਕੇ ਪੈਟਰੋਲ ਪੰਪ 'ਤੇ ਕੰਮ ਵੇਖ ਕੇ ਆਇਆ ਸੀ। ਉਹ ਆਰਬੀ ਸਟੇਟ ਤੋਂ ਬੈਕ ਸਾਈਡ 'ਤੇ ਜਾ ਕੇ ਮੇਰੇ ਭਰਾ ਦੇ ਕਿਰਪਾਨਾ ਮਾਰ ਮਾਰ ਕੇ ਮੂੰਹ ਪਾੜਦਾ ਵੈਲੇ ਉਹਦਾ ਗੁੱਟ ਮਰਿਆ ਅਤੇ ਗੁੱਟ ਦੋਵੇਂ ਨਹੀਂ ਨਾਲ ਹੈਗੇ। ਮੇਰਾ ਭਰਾ ਤੇ ਮੈਨੂੰ ਕਹਿੰਦਾ ਇਹ ਮੈਂ ਉਹਨੂੰ ਪਜਾਇਆ ਤੇਰੇ ਵਾਗ ਪਿਆ। ਕਹਿੰਦਾ ਮੇਰੇ ਵਾਗ ਪਿਆ, ਪਰ ਕੀ ਪਤਾ ਸੀ ਉਹ ਗਾੜੀ ਵਾਗ ਵੀ ਮੈਨੂੰ ਉਹਨੇ ਪਤਾ ਨਹੀਂ ਝੂਠ ਪਾਇਆ ਸੱਚ ਬੋਲਿਆ। ਮੈਨੂੰ ਕਹਿੰਦਾ ਮੇਰੇ ਵਾਗ ਪਿਆ।
ਇਹ ਆਪਣਾ ਪੈਟਰੋਲ ਪੰਪ ਤੇ ਪੈਸੇ ਦੇਣ ਗਿਆ, ਟੈਲੀਫੋਨ ਆਏ, ਦੋ ਤਿੰਨ ਟੈਲੀਫੋਨ ਆਏ ਇਹਨੂੰ ਵੀ ਕੰਮ ਵੇਖ ਲਾ, ਕੰਮ ਵੇਖਣ ਗਿਆ ਮਤਲਬ ਬੇਸਮੈਂਟ ਦਾ। ਉੱਥੇ ਗਾੜੀ ਗਿਆ ਜਦੋਂ ਤੇ ਮਤਲਬ ਬੰਦੇ ਖਲੋਤੇ, ਇੱਕ ਨੇ ਖੜਿਆ ਨਾਲ ਤੇ ਪੰਜ ਜਣੇ ਉੱਥੇ ਮਤਲਬ ਹਥਿਆਰ ਲੈ ਕੇ ਖਲੋਤੇ, ਕਿਰਪਾਨਾਂ ਲੈ ਕੇ, ਉਹਨਾਂ ਵੱਢਤਾ ਉਹਨੂੰ। ਕੋਈ ਰੰਜਿਸ਼ ਨਹੀਂ, ਪੁਰਾਣੀ ਰੰਜਿਸ਼ ਸਾਡੀ ਕਿਸੇ ਨਾਲ ਕੋਈ ਨਹੀਂ ਹੈਗੀ। ਮਤਲਬ ਉਹ ਲੁੱਟ ਖੋਹ ਵੀ ਕਰਕੇ ਲੈ ਗਈ, ਉਹਦੀ ਕੋਈ ਮਤਲਬ ਪੈਸਾ ਪੂਹਾ ਉਹਦੀ ਜੇਬ 'ਚ ਕੋਈ ਨਹੀਂ ਨਿਕਲਿਆ। ਨਾ ਨਾ ਕੋਈ ਵਾਕਫ ਨਹੀਂ ਸਾਡੇ। ਸਾਨੂੰ ਤਾਂ ਮਤਲਬ ਇੱਥੋਂ ਮਤਲਬ ਜਦੋਂ ਗਏ ਹਾਂ ਸਾਨੂੰ ਪਤਾ ਲੱਗਾ ਅਤੇ ਪਹੁੰਚੇ ਉੱਥੇ, ਜਾ ਕੰਮ 'ਤੇ ਰੌਲਾ ਪਿਆ ਅਤੇ ਦੂਜੇ ਬੱਚੇ ਜਿਹੜੇ ਆ ਉਹ ਮਗਰ ਪਹੁੰਚ ਗਏ, ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਹੈ। ਮੰਗ ਇਹ ਹੋਈ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਗਿਆ। ਅਤੇ ਇਹੋ ਵੀ ਕਾਨੂੰਨੀ ਕਾਰਵਾਈ 'ਚ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਬਹੁਤ ਜ਼ਿਆਦਾ। ਸਾਡਾ ਤਾਂ ਪੁੱਤ ਚਲੇ ਗਿਆ, ਹੋਰ ਨਾ ਨਾ ਬਣਾ ਕਰਨ ਇੱਦਾਂ। ਜਵਾਨ ਪੁੱਤ ਦੀ ਮੌਤ ਤੇ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਪਰਮਜੀਤ ਦਾ 6 ਮਹੀਨੇ ਦਾ ਇੱਕ ਬੱਚਾ ਵੀ ਹੈ। ਕਿਉਂ ਮਾਰਿਆ ਗਿਆ ਪਰਮਜੀਤ ਨੂੰ, ਇਸ ਦੇ ਬਾਰੇ ਪੁਲਿਸ ਹੁਣ ਜਾਂਚ ਵਿੱਚ ਜੁਟ ਗਈ ਹੈ। ਨਹੀਂ ਕੋਈ ਕੈਮਰਾ ਉੱਥੇ, ਕੋਈ ਕੈਮਰਾ ਨਹੀਂ ਹੈਗਾ ਜੀ। ਨਵੀਂ ਕਲੋਨੀ ਪਲਾਟਾਂ ਵਿੱਚ ਆ, ਇਹ ਕਲੋਨੀ ਬੰਦ ਰਹੀ ਆ, ਪਰ ਫਿਰ ਵੀ ਅਸੀਂ ਆਪਣੇ ਤੌਰ 'ਤੇ ਭਾਲ ਕਰ ਰਹੇ ਹਾਂ। ਸਿਵਲ ਹਸਪਤਾਲ ਸਾਡੀਆਂ ਟੀਮਾਂ ਸਰ ਸਾਰੇ ਪਾਸੇ ਹੀ ਨਿਕਲੀਆਂ। SHO ਸਾਹਿਬ ਸਾਡੇ ਸਵੇਰ ਦੇ ਹੀ ਇਸੇ ਕੰਮ 'ਚ ਗਏ ਆ। ਹੋਰ ਟੀਮਾਂ ਜਿਹੜੀ ਫਰਾਂਸਿਕ ਸਾਇੰਸ ਦੀਆਂ, ਉਹ ਵੀ ਟੀਮਾਂ ਆਈਆਂ ਸਾਡੀਆਂ। CA ਸਟਾਫ ਦੇ ਵੀ ਮਤਲਬ ਕਰਮਚਾਰੀ ਸਾਡੇ ਮਤਲਬ ਫੋਟੋ 'ਚ ਖੰਘਾਰ ਰਹੇ ਰੋਡ ਤੋਂ। ਉਹਦੀ ਉਮਰ ਕੋਈ 29 ਸਾਲ ਹੈ। ਨਹੀਂ ਕੋਈ ਵਜ੍ਹਾ ਨਹੀਂ ਦੱਸਿਆ ਉਹਨਾਂ ਨੂੰ, ਬਿਆਨਾਂ 'ਚ ਨਹੀਂ ਦੱਸਿਆ ਕੋਈ ਵਜ੍ਹਾ ਨਹੀਂ। ਕਹਿੰਦੇ ਕੋਈ ਦੁਸ਼ਮਣੀ ਨਹੀਂ, ਪਰਿਵਾਰਕ ਮੈਂਬਰਾਂ ਨੇ ਕਹਿੰਦੇ ਵੀ ਇਹਦੀ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਹੈਗੀ ਜੀ। ਫਿਰ ਵੀ ਅਸੀਂ ਆਪਣੇ ਤੌਰ 'ਤੇ ਕਾਫੀ ਭਾਲ ਕਰ ਰਹੇ ਹਾਂ, ਸਾਰੀਆਂ ਟੀਮਾਂ ਨਿਕਲੀਆਂ ਨੇ, ਫੋਟੋ ਕਢਾ ਰਹੀਆਂ ਨੇ, ਹੋਰ ਰੇਡੀ ਕਰ ਰਹੇ ਹਾਂ ਮਾੜੇ ਬੰਦਿਆਂ ਦੇ ਜਿਹੜੇ ਮਾੜੇ ਅਨਸਰ ਜਿਹਨਾਂ ਛੱਕ ਹੈ ਕੋਈ। ਜਿਸ ਤਰ੍ਹਾਂ ਖੌਫਨਾਕ ਤਰੀਕੇ ਨਾਲ ਵਾਰਦਾਤਾਂ ਹੋ ਰਹੀਆਂ ਨੇ, ਉਸ ਨੂੰ ਦੇਖ ਕੇ ਹੁਣ ਲੱਗਦਾ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ। ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ, ਹਮਦਰਦ TV।